ਰੋਪੜ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਅਸੀਂ ਇੱਥੇ ਕੰਕਲੂਡ ਹੋਈ ਹੈ, ਜਿਹਦੇ ਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਜਿਹੜੇ ਚੇਅਰਮੈਨ ਹੈ ਰੋਪੜ ਜ਼ਿਲ੍ਹੇ ਦੇ ਔਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਤੇ ਤਮਾਮ ਡਿਪਾਰਟਮੈਂਟਾਂ ਦੇ ਵੱਖ ਵੱਖ ਆਫਿਸਰ ਸਾਹਿਬਾਨ ਮੌਜੂਦ ਰਹੇ ਆ, ਜਿਹਦੇ ਚ ਪੂਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਰਿਵਿਊ ਕੀਤਾ ਗਿਆ, ਜਿਹੜੇ ਕੰਮ ਪੈਂਡਿੰਗ ਹੈ ਉਹਨਾਂ ਨੂੰ ਤੇਜ਼ੀ ਨਾਲ ਖਤਮ ਕਰਨ ਵਾਸਤੇ ਡਾਇਰੈਕਸ਼ਨਾਂ ਦਿੱਤੀਆਂ ਅਫਸਰ ਸਾਹਿਬਾਨਾਂ ਨੂੰ ਔਰ ਇਹ ਵੀ ਕੋਸ਼ਿਸ਼ ਉਹਨਾਂ ਨੂੰ ਕਿਹਾ ਗਿਆ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੀਆਂ ਸੈਂਟਰ ਔਰ ਸਟੇਟ ਸਰਕਾਰ ਦੀਆਂ ਸਕੀਮਾਂ ਦਾ ਲੋਕ ਜਿਹੜੇ ਆਮ ਪਬਲਿਕ ਲਾਹ ਲੈ ਸਕਣ, ਉਹਨਾਂ ਨੂੰ ਫਾਇਦਾ ਹੋਵੇ, ਉਹਨਾਂ ਦੀ ਜ਼ਿੰਦਗੀ ਚ ਬਦਲਾਵ ਆਵੇ। ਅੱਜ ਦਿਸ਼ਾ ਕਮੇਟੀ ਦੀ ਜਿਹੜੀ ਹੈ ਰੋਪੜ ਜ਼ਿਲ੍ਹੇ ਦੀ ਮੀਟਿੰਗ ਅੱਜ ਕੰਕਲੂਡ ਹੋਈ। ਰੋਪੜ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਅਸੀਂ ਇੱਥੇ ਕੰਕਲੂਡ ਹੋਈ ਹੈ, ਜਿਹਦੇ ਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਜਿਹੜੇ ਚੇਅਰਮੈਨ ਹੈ ਰੋਪੜ ਜ਼ਿਲ੍ਹੇ ਦੇ ਔਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਤੇ ਤਮਾਮ ਡਿਪਾਰਟਮੈਂਟਾਂ ਦੇ ਵੱਖ ਵੱਖ ਆਫਿਸਰ ਸਾਹਿਬਾਨ ਮੌਜੂਦ ਰਹੇ ਆ, ਜਿਹਦੇ ਚ ਪੂਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਰਿਵਿਊ ਕੀਤਾ ਗਿਆ, ਜਿਹੜੇ ਕੰਮ ਪੈਂਡਿੰਗ ਹੈ ਉਹਨਾਂ ਨੂੰ ਤੇਜ਼ੀ ਨਾਲ ਖਤਮ ਕਰਨ ਵਾਸਤੇ ਡਾਇਰੈਕਸ਼ਨਾਂ ਦਿੱਤੀਆਂ ਅਫਸਰ ਸਾਹਿਬਾਨਾਂ ਨੂੰ ਔਰ ਇਹ ਵੀ ਕੋਸ਼ਿਸ਼ ਉਹਨਾਂ ਨੂੰ ਕਿਹਾ ਗਿਆ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੀਆਂ ਸੈਂਟਰ ਔਰ ਸਟੇਟ ਸਰਕਾਰ ਦੀਆਂ ਸਕੀਮਾਂ ਦਾ ਲੋਕ ਜਿਹੜੇ ਆਮ ਪਬਲਿਕ ਲਾਹ ਲੈ ਸਕਣ, ਉਹਨਾਂ ਨੂੰ ਫਾਇਦਾ ਹੋਵੇ, ਉਹਨਾਂ ਦੀ ਜ਼ਿੰਦਗੀ ਚ ਬਦਲਾਵ ਆਵੇ। ਅੱਜ ਦਿਸ਼ਾ ਕਮੇਟੀ ਦੀ ਜਿਹੜੀ ਹੈ ਰੋਪੜ ਜ਼ਿਲ੍ਹੇ ਦੀ ਮੀਟਿੰਗ ਅੱਜ ਕੰਕਲੂਡ ਹੋਈ। ਰੋਪੜ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਅਸੀਂ ਇੱਥੇ ਕੰਕਲੂਡ ਹੋਈ ਹੈ, ਜਿਹਦੇ ਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਜਿਹੜੇ ਚੇਅਰਮੈਨ ਹੈ ਰੋਪੜ ਜ਼ਿਲ੍ਹੇ ਦੇ ਔਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਤੇ ਤਮਾਮ ਡਿਪਾਰਟਮੈਂਟਾਂ ਦੇ ਵੱਖ ਵੱਖ ਆਫਿਸਰ ਸਾਹਿਬਾਨ ਮੌਜੂਦ ਰਹੇ ਆ, ਜਿਹਦੇ ਚ ਪੂਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਰਿਵਿਊ ਕੀਤਾ ਗਿਆ, ਜਿਹੜੇ ਕੰਮ ਪੈਂਡਿੰਗ ਹੈ ਉਹਨਾਂ ਨੂੰ ਤੇਜ਼ੀ ਨਾਲ ਖਤਮ ਕਰਨ ਵਾਸਤੇ ਡਾਇਰੈਕਸ਼ਨਾਂ ਦਿੱਤੀਆਂ ਅਫਸਰ ਸਾਹਿਬਾਨਾਂ ਨੂੰ ਔਰ ਇਹ ਵੀ ਕੋਸ਼ਿਸ਼ ਉਹਨਾਂ ਨੂੰ ਕਿਹਾ ਗਿਆ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੀਆਂ ਸੈਂਟਰ ਔਰ ਸਟੇਟ ਸਰਕਾਰ ਦੀਆਂ ਸਕੀਮਾਂ ਦਾ ਲੋਕ ਜਿਹੜੇ ਆਮ ਪਬਲਿਕ ਲਾਹ ਲੈ ਸਕਣ, ਉਹਨਾਂ ਨੂੰ ਫਾਇਦਾ ਹੋਵੇ, ਉਹਨਾਂ ਦੀ ਜ਼ਿੰਦਗੀ ਚ ਬਦਲਾਵ ਆਵੇ। ਅੱਜ ਦਿਸ਼ਾ ਕਮੇਟੀ ਦੀ ਜਿਹੜੀ ਹੈ ਰੋਪੜ ਜ਼ਿਲ੍ਹੇ ਦੀ ਮੀਟਿੰਗ ਅੱਜ ਕੰਕਲੂਡ ਹੋਈ। ਰੋਪੜ ਜ਼ਿਲ੍ਹੇ ਦੀ ਜਿਹੜੀ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਅੱਜ ਅਸੀਂ ਇੱਥੇ ਕੰਕਲੂਡ ਹੋਈ ਹੈ, ਜਿਹਦੇ ਚ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਜਿਹੜੇ ਚੇਅਰਮੈਨ ਹੈ ਰੋਪੜ ਜ਼ਿਲ੍ਹੇ ਦੇ ਔਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੀ ਤੇ ਤਮਾਮ ਡਿਪਾਰਟਮੈਂਟਾਂ ਦੇ ਵੱਖ ਵੱਖ ਆਫਿਸਰ ਸਾਹਿਬਾਨ ਮੌਜੂਦ ਰਹੇ ਆ, ਜਿਹਦੇ ਚ ਪੂਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਲੈ ਕੇ ਸੈਂਟਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਉਹਨਾਂ ਦੀ ਇੰਪਲੀਮੈਂਟੇਸ਼ਨ ਨੂੰ ਲੈ ਕੇ ਰਿਵਿਊ ਕੀਤਾ ਗਿਆ, ਜਿਹੜੇ ਕੰਮ ਪੈਂਡਿੰਗ ਹੈ ਉਹਨਾਂ ਨੂੰ ਤੇਜ਼ੀ ਨਾਲ ਖਤਮ ਕਰਨ ਵਾਸਤੇ ਡਾਇਰੈਕਸ਼ਨਾਂ ਦਿੱਤੀਆਂ ਅਫਸਰ ਸਾਹਿਬਾਨਾਂ ਨੂੰ ਔਰ ਇਹ ਵੀ ਕੋਸ਼ਿਸ਼ ਉਹਨਾਂ ਨੂੰ ਕਿਹਾ ਗਿਆ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿਹੜੀਆਂ ਸੈਂਟਰ ਔਰ ਸਟੇਟ ਸਰਕਾਰ ਦੀਆਂ ਸਕੀਮਾਂ ਦਾ ਲੋਕ ਜਿਹੜੇ ਆਮ ਪਬਲਿਕ ਲਾਹ ਲੈ ਸਕਣ, ਉਹਨਾਂ ਨੂੰ ਫਾਇਦਾ ਹੋਵੇ, ਉਹਨਾਂ ਦੀ ਜ਼ਿੰਦਗੀ ਚ ਬਦਲਾਵ ਆਵੇ। ਅੱਜ ਦਿਸ਼ਾ ਕਮੇਟੀ ਦੀ ਜਿਹੜੀ ਹੈ ਰੋਪੜ ਜ਼ਿਲ੍ਹੇ ਦੀ ਮੀਟਿੰਗ ਅੱਜ ਕੰਕਲੂਡ ਹੋਈ।